ਅਸੀਂ ਨਾ ਜੀ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ IPS ADCP ਸ਼੍ਰੀ ਮਨਮੋਹਨ ਸਿੰਘ ਜੀ ਔਲਖ ACP ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮਗਰਲੇ ਸਮੇਂ ਤੋਂ ਜਿਹੜਾ ਡਰੱਗ ਵੇਚਣ ਵਾਲੇ ਘਰਾਂ 'ਚ ਚੋਰੀਆਂ ਕਰਨ ਵਾਲੇ ਲੁੱਟ ਖੋਹ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੀ ਟੀਮ ਵੱਲੋਂ ਜੰਗੀ ਪੱਧਰ 'ਤੇ ਮਹਿਮ ਜਿਹੜੀ ਹੈ ਵਿੱਢੀ ਹੈਗੀ ਹੈ ਉਹਦੇ ਤਹਿਤ ਹੀ ਜਿਹੜਾ ਅਸੀਂ ਮਦਈ ਸੀ ਇੱਕ ਰਸੀਦ ਕੁਮਾਰ ਪੁੱਤਰ ਸੁਦੇਸ਼ ਕੁਮਾਰ ਗਲੀ ਨੰਬਰ 6 ਜੰਡਪੀਰ ਕਲੋਨੀ ਥਾਣਾ ਛਾੜਾ 24/10/23 ਨੂੰ ਰਾਤ ਦੇ ਸਮੇਂ ਜਿਹੜਾ ਇਹ ਆਪਣੇ ਉੱਧਰ ਜਾ ਰਿਹਾ ਸੀ ਅਤੇ ਇਹਦਾ ਓਪੋ ਦਾ ਫੋਨ ਜਿਹੜਾ ਇਹ ਦੋ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਆਏ ਕਿਰਚ ਵਿਖਾ ਕੇ ਅਤੇ ਇੱਥੋਂ ਖੋ ਕੇ ਲੈ ਜਾਂਦੇ ਆ ਉਹ ASI ਰਜਿੰਦਰ ਕੁਮਾਰ ਵੱਲੋਂ ਜਿਹੜਾ ਅਸੀਂ ਮੁਕੱਦਮਾ ਦਰਜ ਇਹਦੇ ਸੰਬੰਧ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਤਹਿਤ ਅਸੀਂ ਜਿਹਦੇ ਵਿੱਚ ਦੋਸ਼ੀ ਜਿਹੜਾ ਹੈਗਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਇਹਦਾ ਨਾਂ ਸੁਨੀਲ ਸਿੰਘ ਉਰਫ ਸੀਲੂ ਪੁੱਤਰ ਕੇਵਲ ਸਿੰਘ ਵਾਸੀ ਹਰਗੋਬਿੰਦ ਨਗਰ ਕੋਟ ਖਾਲਸਾ ਇਹਦੇ ਕੋਲੋਂ ਅਸੀਂ ਮੋਬਾਈਲ ਦੀ ਬਰਾਮਦਗੀ ਓਪੋ ਦੀ ਜਿਹੜੀ ਕਰ ਲਈ ਹੈ ਅਤੇ ਇਸ ਤੋਂ ਇਲਾਵਾ ਇਹਦੇ ਜਿਹੜੇ ਫਰਦਿੰਗ ਸਾਹਿਬ 'ਤੇ ਇਸ ਵਿੱਚ ਜਿਹੜੇ ਲੜੀਂਦੇ ਦੋਸ਼ੀ ਨੇ ਬੋਬੀ ਪੁੱਤਰ ਕੁਲਦੀਪ ਸਿੰਘ ਵਾਸੀ ਹਰਗੋਬਿੰਦ ਨਗਰ ਕੋਟ ਖਾਲਸਾ ਸੁਖਮਨਪ੍ਰੀਤ ਸਿੰਘ ਨੋਢੀ ਪੁੱਤਰ ਪਰਮਜੀਤ ਸਿੰਘ ਵਾਸੀ ਬਾਬਾ ਮਸਤਰਾਮ ਕਲੋਨੀ ਕੋਟ ਖਾਲਸਾ ਜਿਹੜਾ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਅਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੀਰੋਇਨ ਦਾ ਮੁਕੱਦਮਾ 255 ਨੰਬਰ 16/11/23 ਨੂੰ ਅਰਜਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ 'ਚੋਂ ਹੀਰੋਇਨ ਬਰਾਮਦ ਕੀਤੀ ਸੀ ਉਹਦੀ ਪੁੱਛਗਿੱਛ ਦੇ ਵਿੱਚ ਜਿਹੜਾ ਲੜਿੰਦਾ ਦੋਸ਼ੀ ਸੀ ਵਿਸਾਲ ਸਿੰਘ ਉਰਫ ਸਾਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਾਸਰ ਕੇ ਭੈਣੀ ਇਹਨੂੰ ਸਾਡੀ ਟੀਮ ਨੇ ASI ਤੇਜਵੀਰ ਸਿੰਘ ਚੌਂਕੀ ਇੰਚਾਰਜ ਘਣੂਪੁਰ ਕਾਲੇ ਵੱਲੋਂ ਜਿਹੜਾ ਕੱਲ੍ਹ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਇਹਦਾ ਵੀ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਗਾਂ ਕਿਤੋਂ ਲੈ ਕੇ ਆਉਂਦਾ ਸੀ ਕਿੱਥੇ ਸਪਲਾਈ ਕਰਦੇ ਸੀ ਉਹਦੀ ਇਨਵੈਸਟੀਗੇਸ਼ਨ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਰਾਤ ਨੂੰ ਇਹ ਲੁੱਟ ਖੋਹ ਕਰਦੇ ਆ ਚੋਰੀ ਕਰਨ ਦੀ ਨੀਅਤ ਦੇ ਨਾਲ ਜਿਹੜਾ ਕਿ ਸਾਡੇ ਏ ਐੱਸ ਆਈ ਸ਼ਿਸ਼ਪਾਲ ਵੱਲੋਂ ਪੁਲਿਸ ਪਾਰਟੀ ਸਮੇਤ ਜਿਹੜੇ ਕਿ ਦੋਸ਼ੀ ਬਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਾਸਰ ਕੇ ਥਾਣਾ ਘਰਿੰਡਾ ਅਤੇ ਜਤਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਗਲੀ ਨੰਬਰ 7 ਜਵਾਹਰ ਨਗਰ ਵਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਰਾਇਣਗੜ੍ਹ ਅਤੇ ਨਵਜੋਤ ਸਿੰਘ ਨਵ ਪੁੱਤਰ ਬਲਕਾਰ ਸਿੰਘ ਖੁਰਮਣੀਆ ਥਾਣਾ ਘਰਿੰਡਾ ਜਿਹੜਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਰਾਤ ਦੇਰ ਰਾਤ ਜਿਹੜਾ ਕਿ ਇਹਨਾਂ ਦੇ ਕਬਜ਼ੇ ਵਿੱਚੋਂ ਪੇਚਕਸ ਪਲਾਸ ਵਗੈਰਾ ਅਤੇ ਚਾਬੀਆਂ ਦਾ ਗੁੱਛਾ ਬਰਾਮਦ ਕੀਤਾ। ਜੇਕਰ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਹੋ ਸਕਦਾ ਕਿਸ ਚੋਰੀ ਦੀ ਜਾਂ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹਨਾਂ ਨੂੰ ਅਸੀਂ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਦੂਜੇ ਦੋਸ਼ੀ ਸਨ ਉਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਉਹਨਾਂ 'ਤੇ ਜਿਹੜੀ ਆ ਕਾਰਵਾਈ ਜਿਹੜੀ ਅਸੀਂ ਅਮਲ ਵਿੱਚ ਲਿਆਵਾਂਗੇ। ਸਰ ਹੋਰ ਵੀ ਇਹਨਾਂ ਦੇ ਪਰਚੇ ਦੇ ਪਹਿਲਾਂ ਵੀ ਹੈਪਚੁਅਲ ਨੇ ਪਹਿਲਾਂ ਮੁਕੱਦਮੇ ਦਰਜ ਨੇ ਇਹਨਾਂ 'ਤੇ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਰਾਤ ਦੇ ਸਮੇਂ ਘੁੰਮਦੇ ਆ ਰਹੇ ਕੋਈ ਨਾ ਕੋਈ ਵਾਰਦਾਤ ਕਰਦੇ ਆ। ਇਹ ਸਾਰੇ 6 ਬੜਾ ਇਹ ਜਾਂਚ ਕੀਤੀ ਜਾ ਰਹੀ ਹੈ ਕੁਝ ਤਾਂ ਇਹਨਾਂ 'ਚੋਂ ਡਰੱਗ ਲੈਂਦੇ ਆ ਡਰੱਗ ਲੈਣ ਕਰਕੇ ਇੰਜੈਕਸ਼ਨ ਵਗੈਰਾ ਲਾਉਂਦੇ ਆ ਇਹ ਅਤੇ ਜਿਹੜੇ ਕੋਈ ਨਾ ਕੋਈ ਕਿਸੇ ਨਾ ਕਿਸੇ ਵਾਰਦਾਤ ਨੂੰ ਇਹ ਅੰਜਾਮ ਦਿੰਦੇ ਆ। ਹੋਰ ਵੀ ਸਾਰੇ ਇਲਾਕਿਆਂ ਦੇ ਵਿੱਚ ਵਾਰਦਾਤਾਂ ਇਹਨਾਂ ਕਬੂਲੀਆਂ ਨੇ ਜੀ? ਬਿਲਕੁਲ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਹੁਣ ਉਹਦੇ ਬਾਰੇ ਅਸੀਂ ਇਹਨਾਂ ਨੂੰ ਡੀਪਲੀ ਪੁੱਛਗਿੱਛ ਕਰ ਰਹੇ ਹਾਂ। ਪਹਿਲਾਂ ਵੀ ਇਹਨਾਂ 'ਤੇ ਮੁਕੱਦਮੇ ਆਲਰੇਡੀ ਦਰਜ ਨੇ ਇਹਨਾਂ ਨੂੰ ਕਰ ਰਹੇ ਹਾਂ ਪੁੱਛਗਿੱਛ।